ਤੁਸੀਂ ਜਿਸ ਜਗ੍ਹਾ ਤੇ ਦਰਸ਼ਨ ਕਰ ਰਹੇ ਆਂ ਇਹ ਬਿਲਡਿੰਗ ਬੇਸਿਕਲੀ ਸਮਾਧ ਹੈ ਮਹਾਰਾਜਾ ਰਣਜੀਤ ਸਿੰਘ ਦੀ ਇਹਨਾਂ ਦੀਆਂ ਚਾਰ ਰਾਣੀਆਂ ਜਿਹੜੀਆਂ ਹਿੰਦੂਇਜ਼ਮ ਤੋਂ ਸਨ ਉਹਨਾਂ ਨੇ ਖੁਦ ਨੂੰ ਨਾਲ ਸਤੀ ਕੀਤਾ ਸੀ ਹਾਂਜੀ ਕਿਉਂਕਿ ਸਿੱਖੀਜ਼ਮ ਦੇ ਵਿੱਚ ਸਤੀ ਦਾ ਕਨਸੈਪਟ ਨਹੀਂ ਸੀ ਲੇਕਿਨ ਉਹਨਾਂ ਨੇ ਖੁਦ ਨੂੰ ਸਤੀ ਕੀਤਾ ਸੀ ਉਸ ਸਮੇਂ ਲਾਹੌਰ ਦੇ 12 ਦਰਵਾਜ਼ੇ ਸਨ ਸੋ ਇਸ ਲਈ ਸਮਾਜ ਦੇ ਵੀ 12 ਦਰਵਾਜ਼ੇ ਬਣਾਏ ਗਏ ਸਨ ਇਤਨੀ ਉਚਾਈ ਦੇ ਅੰਤਮ ਸੰਸਕਾਰ ਕਰਨ ਦਾ ਮਕਸਦ ਇਹ ਸੀ ਕਿ ਪੂਰਾ ਲਾਹੌਰ ਦੇਖ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਜਾਵੇ ਸਰ ਜੀ ਅਸੀਂ ਜਿਸ ਜਗ੍ਹਾ ਦੇ ਦਰਸ਼ਨ ਕਰ ਰਹੇ ਹਾਂ ਇਹ ਬਿਲਡਿੰਗ ਬੇਸਿਕਲੀ ਸਮਾਧ ਹੈ ਮਹਾਰਾਜਾ ਰਣਜੀਤ ਸਿੰਘ ਦੀ ਇੱਥੇ ਆਰਜ਼ੀ ਤੌਰ 'ਤੇ ਪ੍ਰਕਾਸ਼ ਕੀਤਾ ਜਾ ਰਿਹਾ ਕਿਉਂਕਿ ਨੀਚੇ ਗੁਰਦੁਆਰਾ ਸਾਹਿਬ ਦੀ ਸੇਵਾ ਚੱਲਦੀ ਪਈ ਹੈ ਇਸ ਤੋਂ ਇਲਾਵਾ ਕੋਈ ਹੋਰ ਮਕਬੂਲ ਜਗ੍ਹਾ ਨਹੀਂ ਕਿ ਜਿੱਥੇ ਪ੍ਰਕਾਸ਼ ਕੀਤਾ ਜਾਏ ਮਹਾਰਾਜਾ ਰਣਜੀਤ ਸਿੰਘ 2 ਨਵੰਬਰ 1780 ਨੂੰ ਗੁਜਰਾਂਵਾਲਾ ਦੇ ਵਿੱਚ ਪੈਦਾ ਹੋਏ ਸਨ ਅਤੇ 1 ਵਿਸਾਖ 1799 ਨੂੰ ਉਹਨਾਂ ਨੇ ਹਕੂਮਤ ਸੰਭਾਲੀ ਸੀ ਔਰ 40 ਸਾਲ ਹਕੂਮਤ ਕੀਤੀ ਸੀ ਔਰ ਸ਼ੇਰੇ ਪੰਜਾਬ ਦਾ ਖਿਤਾਬ ਹਾਸਲ ਕੀਤਾ ਸੀ 28 ਜੂਨ 1839 ਨੂੰ ਉਹਨਾਂ ਦੀ ਸ਼ਾਹੀ ਕਿਲ੍ਹੇ ਦੇ ਵਿੱਚ ਡੈਥ ਹੋਈ ਸੀ ਫੌਜ ਦੇ ਅਟੈਕ ਨਾਲ ਔਰ ਜਿਸ ਜਗ੍ਹਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਰਿਹਾ ਇੱਥੇ ਉਹਨਾਂ ਦਾ ਅੰਤਮ ਸੰਸਕਾਰ ਆ ਉਹਨਾਂ ਦਾ ਸੰਸਕਾਰ ਕੀਤਾ ਗਿਆ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਆ ਜਿਹੜਾ ਸਾਰਾ ਖੜਾ ਹੈ ਉਹਨਾਂ ਦੀ ਸਮਾਧ ਹੈ ਉਹਨਾਂ ਦੀ ਸਮਾਧ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਲੇ ਪਾਸੇ ਜਿਹੜਾ ਡੇਰਾ ਸਾਹਿਬ ਗੁਰਦੁਆਰਾ ਹਾਂਜੀ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਹੈ ਬਣ ਰਹੀ ਹੈ ਇਸ ਕਰਕੇ ਉਹਨਾਂ ਜਿਹੜ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨਾਂ ਦਾ ਪ੍ਰਕਾਸ਼ ਇੱਥੇ ਲੈ ਰਿਹਾ ਹਾਂਜੀ ਤੇ ਪਹਿਲਾਂ ਇੱਥੇ ਕੀ ਸੀ ਪਹਿਲਾਂ ਇੱਥੇ ਇਦਾਂ ਸਮਾਧ ਹੀ ਸੀ ਇਹ ਕਮਰਾ ਬਣਿਆ ਸੀ ਪਹਿਲਾਂ ਵੀ ਇੱਥੇ ਇਹ ਭਾਈ ਸਾਹਿਬ ਜੀ ਜਿਹੜੀ ਸਮਾਧ ਹੈ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਬਣੀ ਹੈ ਇਹ ਜਿਹੜੀ ਬਿਲਡਿੰਗ ਅਸੀਂ ਜਿੱਥੇ ਖੜ੍ਹੇ ਹਾਂ 1840 ਤੋਂ ਲੈ ਕੇ 1843 ਤੱਕ 3 ਸਾਲ ਦੇ ਅਰਸੇ ਵਿੱਚ ਕੰਪਲੀਟ ਕੀਤੀ ਗਈ ਹੈ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਡੈਥ ਹੋਈ ਸੀ ਉਸ ਵਕਤ ਸ਼ਾਹੀ ਕਿਲ੍ਹੇ ਤੋਂ ਲੈ ਕੇ ਇੱਥੇ ਤੱਕ 10 ਲੱਖ ਦਾ ਪਸ਼ਮੀਨਾ ਵਿਛਾਇਆ ਗਿਆ ਸੀ ਔਰ ਸੰਦਲ ਦੀ ਲੱਕੜੀ ਨਾਲ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਉਸ ਵਕਤ ਇਹਨਾਂ ਦੀਆਂ 4 ਰਾਣੀਆਂ ਜਿਹੜੀਆਂ ਹਿੰਦੂਇਜ਼ਮ ਤੋਂ ਸਨ ਉਹਨਾਂ ਨੇ ਖੁਦ ਨੂੰ ਨਾਲ ਸਤੀ ਕੀਤਾ ਸੀ ਹਾਂਜੀ ਕਿਉਂਕਿ ਸਿੱਖੀਜ਼ਮ ਦੇ ਵਿੱਚ ਸਤੀ ਦਾ ਕਨਸੈਪਟ ਨਹੀਂ ਸੀ ਲੇਕਿਨ ਉਹਨਾਂ ਨੇ ਖੁਦ ਨੂੰ ਸਤੀ ਕੀਤਾ ਸੀ ਉਸ ਵਕਤ ਇਹਨਾਂ ਦੀਆਂ 7 ਕਨੀਜ਼ਾਂ ਸਨ ਜਿਨ੍ਹਾਂ ਨੇ ਵਫਾਦਾਰੀ ਦੇ ਵਿੱਚ ਅੱਗ 'ਚ ਜੰਪ ਲਾ ਦਿੱਤਾ ਸੀ ਤਾਂ 2 ਕਬੂਤਰ ਜਦੋਂ ਉੱਪਰੋਂ ਦੀ ਗੁਜ਼ਰ ਰਹੇ ਸਨ ਅੱਗ ਦੇ ਇਲਾਵੇ ਉਹਨਾਂ ਦੇ ਪਰ ਜਲ ਗਏ ਸਨ ਉਹ ਵੀ ਅੱਗ ਦੇ ਵਿੱਚ ਗਿਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤੀ ਹੋ ਗਏ ਸਨ ਉਸ ਸਮੇਂ 4 ਰਾਣੀਆਂ 7 ਕਨੀਜ਼ਾਂ ਅਤੇ 2 ਕਬੂਤਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤੀ ਹੋਏ ਸਨ ਔਰ ਹਰ ਸਾਲ ਇੱਥੇ 29 ਜੂਨ ਨੂੰ ਜਿਹੜਾ ਇਹਨਾਂ ਦੀ ਡੈਥ ਐਨਵਰਸਰੀ ਮਨਾਈ ਜਾਂਦੀ ਹੈ ਉਸ ਸਮੇਂ ਮੀਡੀਆ ਵਗੈਰਾ ਤਾਂ ਹੈ ਨਹੀਂ ਸੀ ਅਤੇ ਇਤਨੀ ਉਚਾਈ ਦੇ ਅੰਤਮ ਸੰਸਕਾਰ ਕਰਨ ਦਾ ਮਕਸਦ ਇਹ ਸੀ ਕਿ ਪੂਰਾ ਲਾਹੌਰ ਦੇਖ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਉਸ ਜ਼ਮੀਨ ਤੋਂ 25 ਫੁੱਟ ਉੱਚੇ ਥੜਾ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕੀਤਾ ਗਿਆ ਸੀ ਉਸ ਸਮੇਂ ਲਾਹੌਰ ਦੇ 12 ਦਰਵਾਜ਼ੇ ਸਨ ਸੋ ਇਸ ਲਈ ਸਮਾਜ ਦੇ ਵੀ 12 ਦਰਵਾਜ਼ੇ ਬਣਾਏ ਗਏ ਸਨ ਔਰ 12 ਦਰਵਾਜ਼ਿਆਂ ਦੇ ਉੱਪਰਲੇ ਜਿਹੜੀਆਂ ਆਰਚਾਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ 'ਚ ਗੋਲਡ ਵਰਕ ਨਜ਼ਰ ਆ ਰਿਹਾ ਹੈ ਗੋਲਡ ਵਾਟਰ ਦੇ ਨਾਲ 10 ਗੁਰੂ ਸਾਹਿਬਾਨ ਦੀਆਂ 41 ਤਸਵੀਰਾਂ ਬਣਾਈਆਂ ਗਈਆਂ ਸਨ ਜਿਹੜੀਆਂ ਵਕਤ ਦੇ ਨਾਲ ਨਾਲ ਖਤਮ ਹੋ ਚੁੱਕੀਆਂ ਸਨ ਅੱਛਾ ਇਹ ਜਗ੍ਹਾ ਤਾਂ ਇੱਡੀ ਉੱਪਰ ਉੱਚੀ ਹੈ ਕਿ ਸਿਰਫ ਲੋਕ ਇੱਥੇ ਸਾਰੇ ਜਿਹੜੀ ਪਬਲਿਕ ਸੀ ਉਹ ਉਹਨਾਂ ਸੰਸਕਾਰ ਦੀਆਂ ਲਾਟਾਂ ਦੇਖ ਸਕਦੇ ਇਸ ਕਰਕੇ ਉੱਪਰ ਜਗ੍ਹਾ ਇਤਨੇ ਉੱਚਾਈ ਤੋਂ ਉਹਨਾਂ ਦਾ ਸੰਸਕਾਰ ਕੀਤਾ ਇਹ ਥੱਲੇ ਜਿਹੜਾ ਥੱਲੇ ਸਾਈਡ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਹੈ ਨਾ ਹਾਂਜੀ ਕਿਲ੍ਹਾ ਲੈਫਟ ਸਾਈਡ ਤੇ ਹੈ ਲੈਫਟ ਸਾਈਡ ਤੇ ਜਿਹੜੇ 12 ਦਰਵਾਜ਼ੇ 12 ਦਰਵਾਜ਼ੇ ਜਿਹੜੇ ਨੇ ਲਾਹੌਰ ਸ਼ਹਿਰ ਦੇ ਸਨ ਜਿਹੜਾ 12 ਦਰੀ ਦਾ ਕਨਸੈਪਟ ਹੈ ਲਾਹੌਰ ਦੇ 12 ਦਰਵਾਜ਼ਿਆਂ ਤੋਂ ਨਿਕਲਿਆ ਸੀ ਠੀਕ ਹੈ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਦਰਵਾਜ਼ੇ ਤੋਂ ਗੁਰੂ ਘਰ ਦਰਸ਼ਨ ਕਰਨ ਨੂੰ ਹੱਥ ਉਹ ਜਿਹੜਾ ਰੋਸ਼ਨਾਈ ਗੇਟ ਸੀ ਉਸ ਦੇ ਉੱਪਰ ਸਿੱਖ ਰਾਜ ਖਤਮ ਹੋਣ ਦੀ ਸ਼ੁਰੂਆਤ ਹੋਈ ਸੀ ਜਦੋਂ ਕੁੰਵਰ ਨੌਨਿਹਾਲ ਸਿੰਘ ਆਪਣੇ ਬਾਪ ਖੜਤ ਸਿੰਘ ਦਾ ਸੰਸਕਾਰ ਕਰਕੇ ਵਾਪਸ ਸ਼ਾਹੀ ਕਿਲ੍ਹੇ ਜਾ ਰਿਹਾ ਸੀ ਤੇ ਡੋਗਰਾ ਰਾਜ ਨੇ ਸਾਜ਼ਿਸ਼ ਕਰਕੇ ਉਹਨਾਂ ਦੇ ਉੱਪਰ ਅਟੈਕ ਕਰਤਾ ਸੀ ਉਸ ਵਕਤ ਉਹਨਾਂ ਦੇ ਉੱਪਰ ਛੱਜਾ ਗਿਰਾਇਆ ਗਿਆ ਸੀ ਅਤੇ ਉੱਥੇ ਕੁੰਵਰ ਨੌਨਿਹਾਲ ਸਿੰਘ ਦੀ ਡੈਥ ਨਹੀਂ ਸੀ ਹੋਈ ਜ਼ਖਮੀ ਹੋ ਗਏ ਸਨ ਫਿਰ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਚੁੱਕ ਕੇ ਸ਼ਾਹੀ ਕਿਲ੍ਹੇ ਲਿਆ ਗਏ ਸਨ ਅਤੇ ਪੱਥਰ ਇੱਟਾਂ ਮਾਰ ਕੇ ਮਾਰ ਦਿੱਤਾ ਗਿਆ ਸੀ ਵੇਖੋ ਜੀ ਸਮੇਂ ਦੀ ਗੱਲ ਕਿੱਥੇ ਮਹਾਰਾਜਾ ਰਣਜੀਤ ਸਿੰਘ ਗੋਰਿਆਂ ਦੇ ਨਾਲ ਲੜ ਕੇ ਜਿਹੜਾ ਕਿ ਇੰਨਾ ਲੰਮਾ ਸਮਾਂ ਉਹਨਾਂ ਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਸਾਰੇ ਧਰਮਾਂ ਨੂੰ ਜਿਹੜਾ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਸੀ ਕੋਈ ਨਹੀਂ ਸੀ ਕਹਿੰਦਾ ਕਿ ਮੇਰੇ ਧਰਮ ਨੂੰ ਨਹੀਂ ਇੱਦਾਂ ਦਾ ਗੋਰਿਆਂ ਨੇ ਸਾਰੇ ਇੰਡੀਆ ਦੇ ਰਾਜ ਕੀਤਾ ਪਰ ਉਹਨਾਂ ਦੇ ਉੱਤੇ ਰਾਜ ਨਹੀਂ ਕਰ ਸਕੇ ਉਹਨਾਂ ਨੇ ਸੰਧੀ ਕੀਤੀ ਇਹਨਾਂ ਦੇ ਨਾਲ ਕਿਉਂਕਿ ਅੱਗੇ ਵਧਣ ਤੋਂ ਪਰ ਅੱਜ ਦੇਖੋ ਮਹਾਰਾਜ ਉਹਨਾਂ ਦੀ ਸਮਾਧ ਇੱਥੇ ਹੈ ਨਾ
ਤੋ ਸਮੇਂ ਸਮੇਂ ਦੀ ਗੱਲ ਕਿੱਥੇ ਸਮੇਂ ਦੇ ਰਾਜੇ ਮਹਾਰਾਜੇ ਗੇਟਾਂ ਦੇ ਉੱਤੇ ਪਹਿਰੇਦਾਰ ਲੱਗੇ ਕਹਿੰਦੇ ਸੱਚ ਸਵਾਸ ਸੀ ਪਰ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਕੋਈ ਨਹੀਂ ਕੋਈ ਨਹੀਂ ਹੈ ਦੇਖਣ ਵਾਲਾ ਬਹੁਤ ਸਮਾਂ ਬੜਾ ਬਲਵਾਨ ਹੈ ਜੀ ਸਮਾਂ ਬੜਾ ਪਰ ਫਿਰ ਵੀ ਜਿਹੜੀ ਬਿਲਡਿੰਗ ਹੈ ਤਕਰੀਬਨ 180 ਸਾਲ ਪੁਰਾਣੀ 180 ਸਾਲ ਪੁਰਾਣੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਆਮਿਰ ਹੈ ਮੈਂ ਸੇਵਾਦਾਰ ਹਾਂ ਗੁਰਦੁਆਰਾ ਡੇਰਾ ਸਾਹਿਬ ਦਾ ਅੱਛਾ ਤੁਸੀਂ ਇੱਥੇ ਡੇਰਾ ਸਾਹਿਬ ਦੇ ਸੇਵਾਦਾਰ ਹਾਂ ਠੀਕ ਹੈ ਹੋਰ ਇੱਥੇ ਕਿੰਨੇ ਸੇਵਾਦਾਰ ਨੇ ਡੇਰਾ ਸਾਹਿਬ ਦੇ ਹੋਰ ਵੀ ਕਾਫੀ ਸੇਵਾਦਾਰ ਨੇ ਅੱਛਾ ਜੀ ਤੁਸੀਂ ਵੈਸੇ ਲਾਹੌਰ ਤੋਂ ਹੀ ਹੋ ਮੈਂ ਲਾਹੌਰ ਤੋਂ ਅੱਛਾ ਇੱਥੇ ਸੰਗਤ ਘੱਟ ਹੁੰਦੀ ਹੈ ਨਾ ਫਿਰਲੀ ਫਿਰਲੀ ਹੁੰਦੀ ਇੱਥੇ ਫਿਰ ਜੇ ਸੰਗਤਾਂ ਆਉਂਦੀਆਂ ਨੇ ਕਿਉਂਕਿ ਮੇਨ ਪੁਆਇੰਟ ਹੈ ਜਿਨ੍ਹਾਂ ਨੇ ਆਉਣਾ ਆਉਂਦਿਆਂ ਵੀ ਦਰਸ਼ਨ ਕਰਨੇ ਨੇ ਜਿਨ੍ਹਾਂ ਵਾਪਸੀ ਜਾਣਾ ਉਹਨਾਂ ਜਾਂਦਿਆਂ ਵੀ ਦਰਸ਼ਨ ਕਰਨੇ ਨੇ ਇੱਥੇ ਸਾਡੇ ਕੋਲ ਡੇਲੀ 200 250 300 ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਹੁੰਦਾ ਸਾਡੇ ਕੋਲ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਚਾਰ ਵੱਡੇ ਸਮਾਗਮ ਮਨਾਏ ਜਾਂਦੇ ਨੇ ਪਹਿਲਾ ਵਿਸਾਖੀ ਫੈਸਟੀਵਲ ਜਿਹੜਾ ਅਪ੍ਰੈਲ 'ਚ ਮਨਾਇਆ ਜਾਂਦਾ ਉਹ ਕਿੱਥੇ ਮਨਾਇਆ ਜਾਂਦਾ ਉਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਮਨਾਇਆ ਹਾਂਜੀ ਦੂਸਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਹੈ ਜਿਹੜਾ 16 ਜੂਨ ਨੂੰ ਮਨਾਇਆ ਜਾਂਦਾ ਉਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਮਨਾਇਆ ਜਾਂਦਾ ਤੀਸਰਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਐਨਵਰਸਰੀ ਹੈ ਜਿਹੜੀ ਕਿ 29 ਜੂਨ ਨੂੰ ਮਨਾਈ ਜਾਂਦੀ ਹੈ ਉਦੋਂ ਜਦੋਂ ਉਹ ਮਨਾਈ ਜਾਂਦੀ ਉਦੋਂ ਕਿੰਨੇ ਹੁੰਦੇ ਉਦੋਂ ਵੀ ਸਾਡੇ ਕੋਲ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਉਂਦੇ ਨੇ ਹਾਂਜੀ ਅੱਛਾ ਅਤੇ ਸਮਾਗਮ 'ਤੇ ਆਉਂਦੇ ਨੇ ਠੀਕ ਹੈ ਜੀ ਉਸ ਤੋਂ ਵਾਪਸ ਚਲੇ ਜਾਂਦੇ ਨੇ ਅਤੇ ਚੌਥਾ ਫਸਟ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਨ ਜਿਹੜਾ ਕਿ ਨਵੰਬਰ 'ਚ ਮਨਾਇਆ ਜਾਂਦਾ ਉਦੋਂ ਆਲ ਵਰਲਡ ਦੇ ਵਿੱਚੋਂ ਸੰਗਤਾਂ ਸਾਡੇ ਕੋਲ ਆਉਂਦੀਆਂ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ